ਏ ਆਕਾਸ਼ਵਾਣੀ ਜੰਮੂ ਹੈ ਬੜਲਾ ਖਬਰਾਂ ਚ ਪੰਦਾ ਸਵਾਗਤ ਹੈ ਪਹਿਲੇ ਮੁੱਖ ਮੁੱਖ ਖਬਰਾਂ ਕਰਨੇ ਮੈਂ ਵਿਜੇ ਬਜਾਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਾਜ ਦਿਨੇ 11 ਵਜੇ ਮਨ ਕੀ ਬਾਤ ਕਾਰਜਕ੍ਰਮ ਦੇ ਰਾਹੀਂ ਆਪਣੇ ਵਿਚਾਰ ਸਾਂਝੇ ਕਰਨਗਣ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋ ਉਦਮਪੁਰ ਚ ਦੇਵੀਕਾ ਪ੍ਰੋਜੈਕਟ ਦੇ ਕੰਮਾਂ ਚ ਅਸਲ ਪ੍ਰਗਤੀ ਦਾ ਚਾਇਸਾ ਲੱਤਾ 19 ਪ੍ਰੋਜੈਕਟ ਦੇ ਪਹਿਲੇ ਗੇੜ ਦਾ ਕੰਮ ਇਸ ਬਾਰੇ 13 ਅਪ੍ਰੈਲ ਚ ਪਹਿਲੇ ਪਹਿਲੇ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਨੇ ਜੰਮੂ ਕਸ਼ਮੀਰ ਸਣ 10 ਸੈਨ ਰਾਜਿੰਦ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਕੁੱਕੜ-ਕੁਕੜੀਆਂ ਚ ਬਰਡ ਫਲੂ ਯਾਨੀ ਐਵੀਅਨ ਇਨਫਲੂਐਂజా ਦੀ ਤਸਦੀਕ ਕੀਤੀ ਹੈ। ਮੁਲਕ ਭਰਾਂ ਚ 2021 ਬਰੇ ਲਈ ਅਜਾਤਮਾ ਪल्स ਪੋਲੀਓ ਕਾਰਜਕ੍ਰਮ ਸ਼ੁਰੂ ਹੋਰਦਾ ਤੇ ਆਉਂਦੀ 11 ਫਰਵਰੀ ਤੋਂ ਸ਼ੁਰੂ ਹੋਰਦੀ ਕੇਂਦਰ ਸ਼ਾਸਿਤ ਪ੍ਰਦੇਸ਼ ਅਸਤਰ ਦੀ ਅੰਤਰ ਜ਼ਿਲ੍ਹਾ ਇਨਡੋਰ ਖੇਡ ਪ੍ਰਤੀਯੋਗਤਾ ਦੀ ਮੇਜ਼ਬਾਨੀ ਰਾਮਬੰਦ ਜ਼ਿਲ੍ਹੇ ਪਾਸਯਾ ਕੀਤੀ ਜਾਗ। ਖਬਰਾਂ ਦੀ ਤਫਸੀਲ ਕਰਨੇ ਵਿਕਾਸ ਸ਼ਰਮਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀੁਰ ਅੱਜ ਬੜਲੇ 11 ਵਜੇ ਆਕਾਸ਼ਵਾਨੀ ਦੇ ਮਨ ਕੀ ਬਾਤ ਕਾਰਕ੍ਰਮ ਰਾਹੀਂ ਦੇਸ਼ ਵਿਦੇਸ਼ੀ ਜੀ ਰੋਣੇ ਵਾਲੇ ਲੋਕਾਂ ਕਨੇ ਆਪਣੇ ਵਿਚਾਰ ਸਾਂਝੇ ਕਰਨਗੇ ਇਹ ਇਸ ਮਹਾਂਬਾਦ ਰੇਡੀਓ ਪ੍ਰੋਗਰਾਮ ਦੀ ਤਰਫ ਮੀ ਕਿਸਤੋਗ ਜੇਦਾ ਪ੍ਰਸਾਰਣ ਆਕਾਸ਼ਵਾਨੀ ਤੇ ਦੂਰਦਰਸ਼ਨ ਦੇ ਸਮੂਲ ਚ ਨੈਟਵਰਕ ਉੱਪਰ ਕੀਤਾ ਜਾਗ ਇਹਦੇ ਇਲਾਵਾ ਪ੍ਰਧਾਨ ਮੰਤਰੀ ਦੇ ਦਫਤਰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੇ ਆਕਾਸ਼ਵਾਨੀ ਤੇ ਡੀਡੀ ਨਿਊਜ਼ ਦੇ YouTube ਚੈਨਲੇ ਉੱਪਰ ਵੀ ਇਹਦਾ ਪ੍ਰਸਾਰਣ ਹੋਗ ਇਸ ਪ੍ਰੋਗਰਾਮ ਦੀ ਆਕਾਸ਼ਵਾਨੀ ਖਬਰਾਂ ਦੀ ਵੈੱਬਸਾਈਟ www.newsoneear.com ਤੇ ਨਿਊਜ਼ ਔਨ ਇਅਰ ਐਪ ਉੱਪਰ ਵੀ ਪ੍ਰਸਾਰਿਤ ਕੀਤਾ ਜਾਗ ਆਕਾਸ਼ਵਾਨੀ ਆਸਿਆ ਹਿੰਦੀ ਪ੍ਰਸਾਰਣ ਦੇ ਫੋਰਮ ਅਗਰਾ ਇਹਦਾ ਇਲਾਕਾਈ ਪਾਸ਼ਾਂਚ ਵੀ ਪ੍ਰਸਾਰਣ ਕੀਤਾ ਜਾਗ ਇਲਾਕਾਈ ਪਾਸ਼ਾਂਚ ਇਹਦਾ ਪ੍ਰਸਾਰਣ ਰਾਤੀ 8:00 ਵਜੇ ਪੱਤੀ ਵੀ ਕੀਤਾ ਜਾਗ ਸੰਸਦੀ ਮਾਮਲੇ ਦੇ ਮੰਤਰੀ ਪ੍ਰਲਹਾਦ ਜੋਸ਼ੀ ਹੋਰਿਆ ਆਖਿਆ ਜੇ ਸੰਸਦ ਦੇ ਬਜਟ ਸਤਰ ਦੌਰਾਨ ਠੱਤੀ ਵਿਸ਼ੇ ਉੱਪਰ ਪ੍ਰਸਤਾਵ ਰੱਖੇ ਜਾਣਗਣ ਇਹਦੇ ਚ ਤੀਤੀ ਬਿੱਲ ਤੇ ਪੰਜ ਵਿੱਤੀ ਵਿਸ਼ੇ ਸਰਵੰਧੀ ਪ੍ਰਸਤਾਵ ਸ਼ਾਮਲਨ ਸ਼੍ਰੀ ਜੋਸ਼ੀਵਰੇ ਜਾਣਕਾਰੀ ਦਿੱਤੀ ਜੇ ਇਹ ਚਾਰ ਬਿੱਲ ਓਕੜੇ ਅਧਿਆਦੇਸ਼ੀ ਦੀ ਥਾਰ ਲੈਂਗਣ ਜਿਹੜੇ ਪਿਛਲੇ اجلاسੇ ਦੇ ਮਗਰਾ ਦੀ ਅਬਦੀ ਦੌਰਾਨ ਜਾਰੀ ਕੀਤੇ ਗਏ ਹੈ ਤੇ ਜਿਨੇਗੀ ਸੰਸਦ ਦਾ اجلاس ਭਰਤੀ ਲੱਗਨੇ ਸਮਾਂ 6 ਹਫ਼ਤੇ ਦੇ ਅੰਦਰ ਅੰਦਰ ਪਾਰਲੀਮੈਂਟ ਦਾ ਕਾਨੂੰਨ ਬਣਾਉਣਾ ਜ਼ਰੂਰੀ ਹੈ ਇੰਦੇਚੇ ਜੰਮੂ ਕਸ਼ਮੀਰ ਪੋਨਰ ਗਠਨ ਸੰਸ਼ੋਧਨ ਬਿੱਲ 2021 ਵੀ ਸ਼ਾਮਲ ਹੈ ਉਹਨੇ ਆਖਿਆ ਜੀ 2021-22 ਦਾ ਕੇਂਦਰੀ ਬਜਟ ਕੱਲ ਬੜਲੇ 11 ਵਜੇ ਲੋਕ ਸਭਾ ਚ ਪੇਸ਼ ਕੀਤਾ ਜਾਗ ਪਰਦਾਨ ਮੰਤਰੀ ਦੇ ਦਫ਼ਤਰ ਵਿੱਚ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘੂ ਨੇ ਕੱਲ ਉਦਮਪੁਰ ਜ਼ਿਲ੍ਹੇ ਦਾ ਦੌਰਾ ਲਾਇਆ ਉਥੇ ਰਾਸ਼ਟਰੀ ਨਦੀ ਸੁਰੱਖਿਆ ਯੋਜਨਾ ਤਹਿਤ ਦੇਵਿਕਾ ਤੇ ਤਵੀ ਨਦੀਆਂ ਨੂੰ ਪ੍ਰਦੂਸ਼ਣ ਥਾਂ ਮੁਕਤ ਬੁਨਾਨੇ ਸਰਵੰਦੀ ਯਾਰੀ ਵਿਕਾਸ ਕਮੇ ਚ ਅਸਲ ਪ੍ਰਕృతి ਦਾ ਅੰਕਲਨ ਕੀਤਾ ਡਾਕਟਰ ਸਿੰਘੋਰੇ ਦੇਵਿਕਾ ਘਾੜ ਦਾ ਨਿਰਖਣ ਕਰੀਏ ਬੜੀ ਮਤੀ ਪ੍ਰਤਿਸ਼ਟਾ ਵਾਲੇ ਇਸ ਪ੍ਰੋਜੈਕਟ ਉਪਰ ਜਾਰੀ ਵਿਕਾਸ ਕਮੇ ਦੀ ਪ੍ਰਕਿਰਤੀ ਦਾ ਨਿਰਖਣ ਕੀਤਾ ਯੂਈਈਡੀ ਜੰਮੂ ਦੇ ਚੀਫ ਇੰਜੀਨੀਅਰ ਬਸ਼ਾਰਤ ਖਾਬੂਸਾ ਨੇ ਆਲਚ ਚ ਦਰਜ ਕੀਤੀ ਗਈ ਪ੍ਰਕਿਰਤੀ ਬਾਰੇ ਪਾਵਰਪੁਆਇੰਟ ਪੇਸ਼ਕਾਰੀ ਕੀਤੀ ਉਹਨੇ ਦੱਸਿਆ ਜੇ ਇਸ ਪ੍ਰਤਿਸ਼ਟਿਤ ਪ੍ਰੋਜੈਕਟ ਲਈ 186 ਕਰੋੜ 72 ਲੱਖ ਰੁਪਏ ਮਨਜ਼ੂਰ ਕੀਤੇ ਗਏ ਦਿਨ ਤੇ ਘਾਟਿਆਂ ਦਾ ਇਲੇ ਜਾਰੀ 40% ਕੰਮ ਸੰਭੂਰ ਕਰੀ ਲੈਤਾ ਗਿਆ ਹੈ ਉਹਨੇ ਕੇਂਦਰੀ ਮੰਤਰੀ 오ਰੇ ਦੱਸਿਆ ਜੇ ਭਗਵਾਨ ਸ਼ਿਵ ਮੂਰਤੀ ਦੀ ਸ਼ੈਲਸਨਾਕ ਰਬਨਾ ਨੇ ਦਾ 80% ਕੰਮ ਸੰਭੂਰ ਕਰੀ ਲੈਤਾ ਗਿਆ ਹੈ ਡਾਕਟਰ ਸਿੰਘੂ ਨੇ ਨਿਰਦੇਸ਼ ਦਿੱਤਾ ਜੇ ਇਸ ਪ੍ਰਤਿਸ਼ਠਿਤ ਪ੍ਰੋਜੈਕਟ ਦੇ ਪਹਿਲੇ ਗੇਟ ਦਾ ਕੰਮ 13 April 2021 ਸਾ ਪਹਿਲੇ ਪਹਿਲੇ ਮੁਕੰਮਲ ਕਰੀ ਲੈਤਾ ਜਾ ਇਸ ਮੌਕੇ ਉਦमपुर ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਡਾਕਟਰ ਪਿਊਸ਼ ਸਿੰਘਲੌਰੇ ਕੇਂਦਰੀ ਮੰਤਰੀ ਹੋਣਗੇ ਦੇਲਕਾ ਥੀਮ ਪਾਰਕ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਦਿੱਤੀ ਜਿਹਦਾ ਕੰਮ ਇਸ ਮਾਲੀ ਬਰੇ ਦੇ ਅਖੀਰੇ ਤੱਕ ਸਬੂਰਾ ਕਰੀ ਲੇਤਾ ਜਾਗ ਮਗਰਾ ਡਾਕਟਰ ਸਿੰਘੂ ਰਹੇ ਪ੍ਰਧਾਨ ਮੰਤਰੀ ਜਨ ਆਰੋਗ્ય ਯੋਜਨਾ ਤੇ ਸੇਤ ਯੋਜਨਾ ਦੇ ਲਾਭ ਆਠੀਗੀ 골ਡਨ ਕਾਰਡ ਵੀ ਬੰਡੇ ਮੁਲਕਾ ਦੇ ਦਸਾਂ ਰਾਜਾਂ 'ਚ ਕੁੱਕੜ-ਕੁਕੜੀਆਂ 'ਚ ਵਰਡ ਫਲੂ ਦੀ ਤਸਦੀਕ ਹੋਈ ਗਈ ਹੈ ਇਹ ਰਾਜ ਨੇ ਕੇਰਲ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ, ਉੱਤਰਾਖੰਡ, ਗੁਜਰਾਤ, ਉੱਤਰ ਪ੍ਰਦੇਸ਼, ਪੰਜਾਬ ਤੇ ਜੰਮੂ ਕਸ਼ਮੀਰ ਮੱਛੀ ਪਾਲਣ ਤੇ ਪਸ਼ੂ ਪਾਲਣ ਤੇ ਡੇਰੀਆਂ ਸਰਬੰਦੀ ਮੰਤਰਾਲੇ ਨੇ ਆਖਿਆ ਜੀ ਜੰਮੂ ਕਸ਼ਮੀਰ ਸਣੇ ਤੇਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਇਸ ਬਿਮਾਰੀ ਦੇ ਕਾਇਂ ਪ੍ਰਵਾਸੀ ਤੇ ਜੰਗਲੀ ਪਖਰੂਆਂ 'ਚ ਹੋਣੇ ਦੀ ਤਸਦੀਕ ਹੋਈ ਹੈ ਜੰਮੂ ਕਸ਼ਮੀਰ ਦੇ ਉਦਮਪੁਰ ਜ਼ਿਲ੍ਹੇ ਚ ਕਰੇਲੂ ਕੁੱਕੜ-ਕੁਕੜੀਆਂ ਚ ਤੇ ਪੁਨਛੇ ਜ਼ਿਲ੍ਹੇ ਚ ਕਾਇੰਚਵੀ ਵਾਰਡ ਫਲੂ ਦੀ ਪੁਸ਼ਟੀ ਹੋਈ ਹੈ ਵਨਜੀਵ ਸੰਰਖਣ ਵਿਭਾਗ ਨੇ ਕਸ਼ਮੀਰ ਦੇ ਅਨੰਤਨਾਗ ਤੇ ਜੰਮੂ ਦੀ ਮਨਵਾਲ ਥਾਰ ਕਲ ਤਿੰਦੂਏ ਦੀ ਖਾਲ ਤੇ ਉਹਦੇ ਸਰੀਰ ਦੇ ਕਿਛ ਹੋਰ ਅੰਗ ਬਰਾਮਦ ਕੀਤੇ ਨੇ ਵਨਜੀਵ ਨਿਯੰਤਰਣ ਵਿਰੋਧੀ ਪੁਕਤਾ ਜਾਣਕਾਰੀ ਦੀ ਬਿਨਾ ਪਰ ਜੰਮੂ ਕਸ਼ਮੀਰ ਵਨਜੀਵ ਸੰਰਖਣ ਮੈਕ ਨੇ ਜੰਮੂ ਕਸ਼ਮੀਰ ਪੁਲਿਸ ਮੈਕ ਨੇ ਤੇ ਵਨਜੀਵ ਸੰਰਖਣ ਬਲ ਦੇ ਸਹਿਯੋਗ ਕਰਨੇ ਦੋਵਾਂ ਵਕ ਵਕ ਥਾਰੀਆਂ ਉੱਪਰ ਛਾਪੇ ਮਾਰੇ ਤੇ ਤਪਾਸ਼ ਮੁਹਿੰਮ ਚਲਾਉਂਦੇ ਹੋਏ ਕਾਰਵਾਈ ਕੀਤੀ ਦੋਨੇ ਮਾਮਲੇ 'ਚ ਇਹਦੇ ਸਰਗਨਾਏ ਗੀ ਪਰਤੀਬੰਦਿਤ ਸਮਿਆਂਕ ਕਰਨੇ ਗਿਰਫਤਾਰ ਕੀਤਾ ਗਿਆ ਹੈ ਆਪਣੇ ਇੱਕ ਟਵੀਟ ਵਿੱਚ ਪ੍ਰਯਵਰਨ ਮੰਤਰੀ ਪ੍ਰਕਾਸ਼ ਜਵੜੇਕਰੋ ਨੇ ਵੰਨੀ ਜੀਵ ਅਪਰਾਧ ਨਿਯੰਤਰਣ ਵਿਰੋਧੀ ਵੰਨੀ ਜੀਵ ਕੰਨੇ ਉਹ ਅਕਰ ਦੇ ਅਪਰਾਧ ਕੀ ਖਤਮ ਕਰਨੇ ਪੇਠਾ ਆਪਣੇ ਸੰਕਲਪ ਕੀ ਜਾਰੀ ਰੱਖਣੇ ਲਈ ਮੁਆਕਬਾ ਦਿੱਤੀ ਇਹ ਖਬਰਾਂ ਤੋਂ ਉਸ ਆਕਾਸ਼ਵਾਨੀ ਜੰਮੂਪੁਰਾ ਸੁਣਾਦੇ ਹੋ ਮੁਲਕ ਪਰੇਚ 2021 ਬਰੇ ਲਈ ਪਲਸ ਪੋਲੀਓ ਕਾਰਗਰਮ ਅੱਜ ਸ਼ੁਰੂ ਹੋ ਆਇਆ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦੋ ਨੇ ਕੱਲ ਰਾਸ਼ਟਰਪਤੀ ਭਵਨ ਵਿੱਚ ਪੰਜੇ ਬਰੇ ਸ਼ਾ ਘਟ ਉਮਰੀ ਦੇ ਬੱਚੇਂ ਕੀ ਪੋਲੀਓ ਬਿਮਾਰੀ ਸ਼ਾ ਬਚਾ ਆਲੀ ਦਵਾਈ ਦੀਆਂ ਬੂੰਦਾ ਪਲਾਈਆਂ ਇਸ ਕਾਰਗਰਮ ਦੀ ਸ਼ੁਰੂਆਤ ਕੀਤੀ ਇਸ ਦਿਹਾੜੇ ਕੀ ਪੋਲੀਓ ਰਵੀਵਾਰ ਵੀ ਆਖਿਆ ਜਾਂਦਾ ਹੈ ਜੰਮੂ ਕਸ਼ਮੀਰ ਚ ਕਰੋਨਾ ਵਾਇਰਸ ਦੇ 76 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਉਣੇ ਕਨੇ ਜੰਮੂ ਕਸ਼ਮੀਰ ਪ੍ਰਦੇਸ਼ੀ ਚ ਪਾਜ਼ਿਟਿਵ ਮਾਮਲੇ ਦੀ ਕੁੱਲ ਗਿਣਤੀ 124459 ਪੁੱਜੀ ਗਈ ਹੈ ਇੰਦੇ ਚ 76 ਮਾਮਲੇ 418 18 ਜੰਮੂ ਖੇਤੇ ਤੇ 56 ਕਸ਼ਮੀਰ ਖੇਤੇ ਥਾਵਾਂ ਨੂੰ ਇਸ ਦੌਰਾਨ ਤਰੇਜਨੇ ਦੀ ਕੋਰੋਨਾ ਕਰੀ ਮੌਤ ਵੀ ਹੋਈ ਹੈ ਮਰਨੇ ਅਹਲੇ ਚ ਇੱਕ ਜੰਮੂ ਖੇਤੇ ਥਾਵਾਂ ਤੇ ਦੋ ਜਨੇ ਕਸ਼ਮੀਰ ਖੇਤੇ ਗਨੇ ਤਾਲੂਕ ਰਖਦੇ ਨੇ ਜੰਮੂ ਕਸ਼ਮੀਰ ਪ੍ਰਦੇਸ਼ੀ ਚ 124459 ਪਾਜ਼ਟਿਵ ਮਾਮਲੇ ਚ 768 ਸਰਗਰਮ ਪਾਜ਼ਟਿਵ ਮਾਮਲੇ ਨੇ 121752 ਜਨੇ ਇਸ ਲਾਗੇ ਥਾਂ ਨਰੋਏ ਹੋਈ ਚੁਕੇ ਦੇਨ ਤੇ 1936 ਜਨੇ ਮਾਰੇ ਜਾਈ ਚੁਕੇ ਦੇਨ ਮਰਨੇ ਵਾਲੇ ਚ 721 ਜਨੇ ਜੰਮੂ ਖੇਤੇ ਤੇ ਤੇ 1215 ਜਨੇ ਕਸ਼ਮੀਰ ਖੇਤੇ ਕੰਨੇ ਤਾਲੂਕ ਰਖਦੇ ਨੇ ਹਾਲਾਂਕਿ ਕੋਵਿਡ 19 ਦੇ 135 ਹੋਰ ਮਰੀਜ਼ ਨਰੋਏ ਹੋਏ ਨੇ ਤੇ